ਗਊ ਟੈਕਸ ਬਿਲਕੁਲ ਦੇਣਾ ਬੰਦ ਹੋਣਾ ਚਾਹੀਦਾ ਹੈ। ਜੇਕਰ ਇਹਨਾਂ ਦੀ ਰੱਖਿਆ ਨਹੀਂ ਕਰ ਸਕਦੇ, ਇਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਸਕਦਾ, ਅੱਜ ਕਿਸੇ ਗੱਡੀ ਨਾਲ ਟਕਰਾ ਜਾਣ ਗੱਡੀ ਦਾ ਨੁਕਸਾਨ ਹੋ ਸਕਦਾ ਹੈ, ਔਰ ਜੇ ਕਿਸੇ ਬੱਚੇ ਨੂੰ ਜਾਂ ਸਕੂਟਰ ਦੇ ਵਿੱਚ ਜਾ ਕੇ ਵੱਜ ਗਏ ਤਾਂ ਬਹੁਤ ਦੇਖੋ 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 ਕਿਸੇ ਦਾ ਦੱਸ ਸਕਦੇ ਕਿਸੇ ਜਵਾਬ ਉਹ ਗਿਆ ਜੇ ਉਹ ਗਿਆ ਦੇਖੋ ਤੁਹਾਡੇ ਸਾਹਮਣੇ ਬਚਾਓ ਬੰਦੇ ਨੂੰ ਬੰਦਾ ਬਚਾਓ ਜਾਓ ਬਚਾਓ ਇਹਨੂੰ ਦੇਖੋ ਦੇਖੋ ਤੁਹਾਡੇ ਸਾਹਮਣੇ ਹਾਂ ਦੇਖੋ ਬੰਦਾ ਮਹਾ ਬਚਾ ਰਹੇ ਹਾਂ ਮਹਾ ਬਿਲਕੁਲ ਬਚਾ ਰਹੇ ਬੰਦਾ ਦੇਖੋ ਦੇਖੋ ਹਾਲਾਤ ਦੇਖੋ ਐਕਸੀਡੈਂਟ ਕਰਤਾ ਜੀ ਇਹਨਾਂ ਨੇ ਲਾਈਵ ਐਕਸੀਡੈਂਟ ਵੇਖ ਲਿਆ ਤੁਸੀਂ ਲਾਈਵ ਐਕਸੀਡੈਂਟ ਦੇਖ ਰਹੇ ਜੇ ਤੁਸੀਂ ਦੇਖੋ ਪ੍ਰਸ਼ਾਸਨ ਨੂੰ ਦੇਖੋ ਆਟੋ ਦੇ ਵਿੱਚ ਫਸ ਗਿਆ ਹੈ।